ਸਪਾਈਸ ਸਿਟੀ ਸੁਣਦੇ ਦੋਸਤੋ ਤੁਸੀਂ ਸ਼ਾਮਿਲ ਹੋ ਗੁਰਪ੍ਰੀਤ ਸਿੰਘ ਨਾਲ ਪ੍ਰੋਗਰਾਮ ਈਵਨਿੰਗ ਸ਼ੋਅ ਵਿੱਚ ਸਾਡੇ ਤੇ ਬਹੁਤ ਹੀ ਖਾਸ ਮਾਨ ਹੈ ਰਾਜ ਪ੍ਰਣਾਲ ਜੀ ਜਿਹੜੇ ਕਿ ਵਣਜਾਰਾ ਗਰੁੱਪ ਨਾਲ ਜੁੜੇ ਹੋਏ ਨੇ ਵਣਜਾਰਾ ਨੋਮੈਡ ਕਲੈਕਸ਼ਨਸ ਜਿਹੜੀ ਇੱਕ ਸੰਸਥਾ ਜਿਨ੍ਹਾਂ ਵੱਲੋਂ ਸਾਡੀ ਵਿਰਾਸਤ ਨਾਲ ਜੁੜੇ ਹੋਏ ਜਿਹੜੀਆਂ ਵੀ ਚੀਜ਼ਾਂ ਨੇ ਉਸਦੀ ਪ੍ਰਦਰਸ਼ਨੀ ਲਾਉਣ ਦਾ ਇਹਨਾਂ ਦਾ ਪ੍ਰੋਗਰਾਮ ਲੰਬੇ ਸਮੇਂ ਚੱਲਦਾ ਆ ਰਿਹਾ ਉਸੇ ਕੜੀ ਦੇ ਵਿੱਚ ਉਹਨਾਂ ਵੱਲੋਂ ਇੱਕ ਪ੍ਰਦਰਸ਼ਨੀ ਲਾਈ ਗਈ ਹੈ ਸਰੀ ਦੀ ਮਿਊਜ਼ੀਅਮ ਦੇ ਵਿੱਚ ਲਾਹੌਰ ਟੂ ਲੰਡਨ ਅ ਜਰਨੀ ਆਫ ਚੜ੍ਹਦੀ ਕਲਾ 6 ਫਰਵਰੀ ਤੋਂ ਸ਼ੁਰੂ ਹੈ 19 ਮਈ ਤੱਕ ਚੱਲੇਗੀ ਉਸ ਸਮੇਂ ਕਾਫੀ ਧਿਆਨ ਖਿੱਚ ਰਹੀ ਕਾਫੀ ਭੀੜ ਖਿੱਚ ਰਹੀ ਕਾਫੀ ਚਰਚਾ ਹੋ ਰਹੀ ਇਸ ਦੀ ਸਾਡੇ ਭਾਈਚਾਰੇ ਦੀ ਮੀਡੀਆ ਵਿੱਚ ਵੀ ਅਤੇ ਜਿਹੜਾ ਮੇਨ ਸਟ੍ਰੀਮ ਮੀਡੀਆ ਉਸ ਵਿੱਚ ਵੀ ਸੋ ਰਾਜ ਪੰਡਾਲ ਸਾਹਿਬ ਤੋਂ ਅਸੀਂ ਪ੍ਰੋਗਰਾਮ ਵਿੱਚ ਸ਼ਾਮਿਲ ਕਰਕੇ ਇਸ ਬਾਰੇ ਹੋਰ ਜਾਣਕਾਰੀ ਲਵਾਂਗੇ ਪ੍ਰਦਰਸ਼ਨੀ ਕਿੱਥੇ ਲੱਗੀ ਹੈ ਔਰ ਇਸ ਦੇ ਵਿੱਚ ਕੀ ਚੀਜ਼ਾਂ ਵੇਖਣ ਵਾਲੀਆਂ ਨੇ ਔਰ ਖਾਸ ਤੌਰ 'ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਦੋਂ ਉਸਦਾ ਅੰਤ ਹੋਇਆ ਉਸ ਤੋਂ ਬਾਅਦ ਦਲੀਪ ਸਿੰਘ ਦੀ ਬੇਟੀ ਸੁਫੀਆ ਦਲੀਪ ਸਿੰਘ ਨੇ ਕਿਵੇਂ ਬਰਤਾਨੀਆ ਵਿੱਚ ਰਹਿੰਦਿਆਂ ਔਰਤਾਂ ਨੂੰ ਵੋਟ ਪਾਉਣ ਦਾ ਹੱਕ ਦਵਾਉਣ ਲਈ ਜਦੋਂ ਜਹਿਦ ਕੀਤੀ ਵਗੈਰਾ ਵਗੈਰਾ ਇਹਨਾਂ ਸਾਰੇ ਮੁੱਦਿਆਂ 'ਤੇ ਕ੍ਰਮਵਾਰ ਗੱਲਬਾਤ ਹੋਵੇਗੀ ਰਾਜ ਪੰਡਾਲ ਜੀ ਦੇ ਨਾਲ ਪੰਡਾਲ ਸਾਹਿਬ ਸਾਡੇ ਪ੍ਰੋਗਰਾਮ ਵਿੱਚ ਤੁਹਾਨੂੰ ਬਹੁਤ ਦਿੱਕੀ ਹੈ ਜੀ ਜੀ ਸਤਿ ਸ਼੍ਰੀ ਅਕਾਲ ਜੀ ਔਰ ਸਾਰੇ ਸੁਣਨ ਵਾਲਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਔਰ ਸਮਾਂ ਦੇਣ ਲਈ ਬਹੁਤ ਬਹੁਤ ਮਿਹਰਬਾਨੀ ਮਿਹਰਬਾਨੀ ਜੀ ਸ਼ਾਮਿਲ ਹੋਣ ਲਈ ਸਤਿ ਸ਼੍ਰੀ ਅਕਾਲ ਤੁਹਾਨੂੰ ਪੰਡਾਲ ਸਾਹਿਬ ਸ਼ੁਰੂ ਕਰਦੇ ਹਾਂ ਵਣਜਾਰਾ ਗਰੁੱਪ ਤੋਂ ਥੋੜ੍ਹਾ ਜਿਹਾ ਇਸ ਗਰੁੱਪ ਬਾਰੇ ਸਾਨੂੰ ਜ਼ਰੂਰ ਦੱਸੋ ਕਿ ਕਦੋਂ ਇਹ ਸਥਾਪਿਤ ਹੋਇਆ ਔਰ ਇਸ ਦੀਆਂ ਕਿਸ ਤਰ੍ਹਾਂ ਦੀ ਐਕਟੀਵਿਟੀਜ਼ ਨੇ ਜੀ ਜੀ ਅਸੀਂ ਤਕਰੀਬਨ ਮੈਂ ਆਪਣੇ ਵੱਲੋਂ ਜੀ ਜਿਹੜੇ ਪੁਰਾਣੀਆਂ ਵਸਤਾਂ ਨੇ ਆਪਣੀਆਂ ਕਿਤਾਬਾਂ ਨੇ ਮੈਡਲਸ ਨੇ ਕੁਛ ਕੁ ਸ਼ਸਤਰ ਨੇ ਵਰਦੀਆਂ ਨੇ ਇਸ ਤਰ੍ਹਾਂ ਦੀਆਂ ਆਪਣੇ ਕੋਲ ਤਕਰੀਬਨ 4,000 ਆਈਟਮ ਨੇ ਜੀ ਤੇ ਉਹਨਾਂ ਦਾ ਜਿਹੜਾ ਸਮਾਂ ਹੈ ਉਹ ਤਕਰੀਬਨ 1696 ਤੋਂ ਲੈ ਕੇ ਹੁਣ ਤੱਕ ਆ ਜਾਂਦਾ ਪਰ ਉਹਦੇ ਚੋਂ ਜਿਹੜੀਆਂ ਮੈਜੋਰਿਟੀ ਚੀਜ਼ਾਂ ਨੇ ਉਹ 1850 ਦੇ ਇਰਦ ਗਿਰਦ ਘੁੰਮਦੀਆਂ ਨੇ ਜੀ ਸੋ ਇਹਨੂੰ ਮੈਂ ਇਸ ਤਰ੍ਹਾਂ ਦੇਖਦਾ ਕਿ ਇਹ ਇਕੱਲੀ ਸਿੱਖਾਂ ਦੀ ਕਲੈਕਸ਼ਨ ਨਹੀਂ ਹੈਗੀ ਇਹ ਕਲੈਕਸ਼ਨ ਉਸ ਖਿੱਤੇ ਦੀ ਆ ਕਿ ਜਦੋਂ ਬ੍ਰਿਟਿਸ਼ ਇੰਡੀਆ ਈਸਟ ਇੰਡੀਆ ਕੰਪਨੀ ਉਸ ਖਿੱਤੇ 'ਚ ਗਈ ਕੈਲਕਟਾ ਉਹਨਾਂ ਥਾਵਾਂ ਤੋਂ ਕਿੱਦਾਂ ਕਿੱਦਾਂ ਘੁੰਮਦੀ ਹੋਈ ਪੰਜਾਬ 'ਚ ਆਈ ਸੋ ਇਹ ਉਹਦੇ ਪਰਟੇਨਿੰਗ ਹੈ ਜੀ ਸੋ ਇਹਨੂੰ ਜੇ ਆਪਾਂ ਦੇਖਾਂਗੇ ਕਈ ਚੀਜ਼ਾਂ ਹੋਣਗੀਆਂ ਜਿਹੜੀਆਂ ਸਿੱਖ ਰਾਜ ਜਾਂ ਸਿੱਖ ਥੋਟ ਨਾਲ ਨਹੀਂ ਕਨੈਕਟਡ ਸਰਫੇਸ ਲੈਵਲ ਤੋਂ ਇੱਦਾਂ ਲੱਗਦੀਆਂ ਨੇ ਪਰ ਉਹ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਦਾ ਸਿੱਖ ਇਤਿਹਾਸ 'ਚ ਕੋਈ ਨਾ ਕੋਈ ਕੋਈ ਉਹਨਾਂ ਦਾ ਕਨੈਕਸ਼ਨ ਰਿਹਾ ਜੀ ਸੋ ਹੁਣ ਮੈਂ ਚਾਹੁੰਦਾ ਖਾਸ ਤੌਰ ਜਿਹੜੀ ਐਗਜੀਬਿਸ਼ਨ ਤੁਹਾਡੀ ਜਿਹੜੀ ਚੱਲ ਰਹੀ 6 ਫਰਵਰੀ ਤੋਂ ਸ਼ੁਰੂ ਜਿਹੜੀ ਹੋ ਚੁੱਕੀ ਹੈ ਕਾਫੀ ਧਿਆਨ ਖਿੱਚ ਰਹੀ ਮੈਂ ਵੇਖ ਰਿਹਾ ਸੀ ਕਿ ਮੇਨ ਸਟ੍ਰੀਮ ਮੀਡੀਆ ਨੇ ਵੀ ਇਸਦਾ ਨੋਟਿਸ ਲਿਆ ਕਾਫੀ ਇਸਦੀ ਚਰਚਾ ਹੋ ਰਹੀ ਹੈ ਸੋ ਥੋੜ੍ਹਾ ਇਸਦੀ ਜਿਹੜੀ ਐਗਜੀਬਿਸ਼ਨ ਜਿਹੜੀ ਓਵਰਆਲ ਲਾਈ ਗਈ ਉਸ ਵਿੱਚ ਕਿਹੜੀ ਕਿਹੜੀ ਅਹਿਮ ਝਲਕੀਆਂ ਨੇ ਉਸਦੇ ਬਾਰੇ ਜੇ ਸਾਡੇ ਸਰੋਤਿਆਂ ਨੂੰ ਦੱਸ ਸਕੋ ਤਾਂ ਜੋ ਉਹਨਾਂ ਵਿੱਚ ਇੰਟਰਸਟ ਪੈਦਾ ਹੋ ਸਕੇ ਜਿਹਨਾਂ ਨੇ ਨਹੀਂ ਵੇਖੀ ਉਹ ਵੀ ਵੇਖਣ ਲਈ ਸੋਚਣ ਇਸ ਬਾਰੇ ਜੀ ਜੀ ਇਹ ਤਕਰੀਬਨ 1849 ਦਾ ਸਮਾਂ ਉਹਦੇ ਇਰਦ ਗਿਰਦ ਘੁੰਮਦੀ ਹੈ ਤੇ ਫਿਰ 1919 ਤੱਕ ਜਾਂਦੀ ਹੈ ਜੀ ਉਹਦੇ ਵਿੱਚ 1840 ਦੇ ਛਪੇ ਹੋਏ ਦੋ ਐਡੀਸ਼ਨ ਨੇ ਉਹ ਕੋਰਟ ਐਂਡ ਕੈਂਪਸ ਆਫ ਮਹਾਰਾਜਾ ਰਣਜੀਤ ਸਿੰਘ ਉਹ ਔਸਬੋਰਨ ਵੱਲੋਂ ਲਿਖੀ ਹੋਈ ਹੈ ਔਰ ਪਹਿਲਾ ਐਡੀਸ਼ਨ ਨੇ ਉਹ ਔਰ ਉਹਦੇ ਵਿੱਚ ਉਹ ਮਹਾਰਾਜਾ ਰਣਜੀਤ ਸਿੰਘ ਦੀ ਜਿਹੜਾ ਅਸੀਂ ਪੰਨਾ ਖੋਲ ਕੇ ਉੱਥੇ ਰੱਖਿਆ ਵਾ ਉਹ ਅਸਫੇ ਲੈਲਾ ਜਿਹੜੀ ਉਹਨਾਂ ਦੀ ਘੋੜੀ ਹੁੰਦੀ ਸੀ ਉਹਦੇ ਉੱਪਰ ਬੈਠੇ ਹੋਏ ਨੇ ਇੱਦਾਂ ਹੀ ਵਿਕਟਰ ਦਲੀਪ ਸਿੰਘ ਦਾ ਇੱਕ ਬਰੀਫ ਕੇਸ ਹੈ ਜੀ ਕਿਉਂਕਿ ਉਹ ਪਹਿਲੇ ਸਿੱਖ ਕੈਨੇਡੀਅਨ ਸੀ ਜਿਹੜੇ ਇੱਥੇ ਆਏ ਸੀ 1888 ਦੇ ਵਿੱਚ ਤੇ ਉਹਦੇ ਤੋਂ ਬਾਅਦ ਚੋਂ ਸੋਫੀਆ ਦਲੀਪ ਸਿੰਘ ਦੀ ਇੱਕ ਸਕ੍ਰੈਪ ਬੁੱਕ ਹੈ ਜਦੋਂ ਫਸਟ ਵਰਲਡ ਵਾਰ ਤੋਂ ਬਾਅਦ ਜਿਹੜੇ ਫੌਜੀ ਉੱਥੇ ਗਏ ਸੀਗੇ ਟੂ ਸੈਲੀਬ੍ਰੇਟ ਦਾ ਇੰਡੀਅਨ ਕੰਟਿੰਜੈਂਟ ਉਹਦੇ ਵਿੱਚ ਫਿਰ ਉਹ ਸੋਫੀਆ ਦਲੀਪ ਸਿੰਘ ਨੂੰ ਮਿਲਦੇ ਨੇ ਅਤੇ ਉਹਨਾਂ ਨਾਲ ਬੈਠ ਕੇ ਚਾਹ ਪੀਂਦੇ ਨੇ ਗੱਲਬਾਤ ਕਰਦੇ ਨੇ ਫਿਰ ਸੋਫੀਆ ਦਲੀਪ ਸਿੰਘ ਉਹਨਾਂ ਦੀ ਫੋਟੋ ਖਿੱਚਦੀ ਹੈ ਔਰ ਵਾਪਸ ਡਿਵੈਲਪ ਕਰਕੇ ਉਹਨਾਂ ਦੇ ਪਿੰਡ ਸ਼ਹਿਰਾਂ 'ਚ ਭੇਜਦੀ ਹੈ ਫਿਰ ਉੱਥੇ ਇੱਕ ਚਿੱਠੀ ਵਾਪਸ ਐਜ਼ ਏ ਸ਼ੁਕਰੀਆ ਦੇ ਤੌਰ 'ਤੇ ਆਉਂਦੀ ਹੈ ਉਹ ਕਿਉਂਕਿ ਉਹ ਸੋਫੀਆ ਦਲੀਪ ਸਿੰਘ ਦੀ ਰੇਅਰ ਬੁੱਕ ਹੈ ਉਹ ਉਹਨਾਂ ਦੀ ਆਪਣੀ ਸਕ੍ਰੈਪ ਬੁੱਕ ਹੈ ਇਸ ਕਰਕੇ ਉਹ ਵਨ ਆਫ ਅ ਕਾਇੰਡ ਹੈ ਜੀ ਇਸੇ ਤਰੀਕੇ ਜਿਹੜੀਆਂ ਦੋ ਕਿਤਾਬਾਂ ਨੇ ਪਲੱਸ ਜਿਹੜੇ ਬਰੀਫ ਕੇਸ ਦਾ ਮੈਂ ਜ਼ਿਕਰ ਕੀਤਾ ਫਿਰ ਉਸ ਤੋਂ ਬਾਅਦ ਕੁਛ ਮੈਡਲਸ ਨੇ ਜਿਹੜੇ ਰੱਖੇ ਹੋਏ ਨੇ ਪੰਜਾਬ ਦੇ ਦੋ ਪੁਰਾਤਨ ਨਕਸ਼ੇ ਰੱਖੇ ਹੋਏ ਨੇ ਫਿਰ ਇੱਕ ਐਲਬਮ ਹੈ ਜਿੱਥੋਂ ਸਾਨੂੰ ਤਸਵੀਰ ਮਿਲੀ ਸੀਗੀ ਕਿ ਅੰਮ੍ਰਿਤਸਰ ਵਿੱਚ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਜਦੋਂ ਅੰਗਰੇਜ਼ ਕਾਲ ਦੇ ਟਾਈਮ ਜਦੋਂ ਉਹ ਹਿੰਦੁਸਤਾਨ ਦੇ ਖਿੱਤੇ 'ਤੇ ਸੀਗੇ ਪੰਜਾਬ 'ਤੇ ਸੀਗੇ ਉਹਨਾਂ ਨੇ ਉੱਥੇ ਇੱਕ ਗੋਥਿਕ ਟਾਵਰ ਬਣਾ ਦਿੱਤਾ ਸੀ ਜੀ ਅਤੇ ਉਹਦੀ ਤਸਵੀਰ ਉਸ ਸਮੇਂ ਖਿੱਚੀ ਹੋਈ ਹੈ ਜਿਹੜਾ 1947 ਤੋਂ ਬਾਅਦ ਢਾਇਆ ਗਿਆ ਫਿਰ ਸੋ ਇਸ ਤਰ੍ਹਾਂ ਦੀਆਂ ਤਕਰੀਬਨ 40-42 ਵਸਤਾਂ ਉੱਥੇ ਰੱਖੀਆਂ ਹੋਈਆਂ ਨੇ ਜੀ ਔਰ ਕਾਫੀ ਚੀਜ਼ਾਂ ਉਹਨਾਂ 'ਚ ਆਪਣੇ ਆਪ 'ਚ ਉਹ ਇੱਕ ਹੀ ਨੇ ਸਾਰੀ ਦੁਨੀਆ 'ਚ ਜਿਹੜਾ ਤੁਸੀਂ ਜਿਹੜਾ ਟਾਈਟਲ ਦਿੱਤਾ ਐਗਜ਼ੀਬਿਸ਼ਨ ਨੂੰ ਲਾਹੌਰ ਟੂ ਲੰਡਨ ਅ ਜਰਨੀ ਆਫ ਚੜ੍ਹਦੀ ਕਲਾ ਜਿਹੜੀ ਇਹ ਭਾਵਨਾ ਜਰਨੀ ਆਫ ਚੜ੍ਹਦੀ ਕਲਾ ਦੇ ਪਿੱਛੇ ਕੀ ਥੋੜ੍ਹਾ ਜਿਹਾ ਇਸ ਬਾਰੇ ਜ਼ਰੂਰ ਦੱਸਣ ਦੀ ਕਿਰਪਾਲਤਾ ਕਰੀ ਚੜ੍ਹਦੀ ਕਲਾ ਨੂੰ ਜਿੱਦਾਂ ਜੀ ਆਪਾਂ ਆਮ ਇੱਥੇ ਮੋਟੀਵੇਸ਼ਨਲ ਸਪੀਕਰਾਂ ਤੋਂ ਵੀ ਸੁਣਦੇ ਹਾਂ ਅਤੇ ਬੀ ਪਾਜ਼ਿਟਿਵ ਸੋ ਅਸੀਂ ਉਹਨੂੰ ਐਜ਼ ਏ ਸਿੱਖ ਪਰਸਪੈਕਟਿਵ ਤੋਂ ਦੇਖਦੇ ਹਾਂ
ਤੇ ਜਿੱਦਾਂ ਆਪਾਂ ਕਹਿੰਦੇ ਹਾਂ ਇੱਥੇ ਚੜ੍ਹਦੀ ਕਲਾ ਜਾਂ ਬੀ ਪੋਜ਼ਿਟਿਵ ਆਲ ਦ ਟਾਈਮ ਬੀ ਪੋਜ਼ਿਟਿਵ ਸੋ ਚੜ੍ਹਦੀ ਕਲਾ ਦੀ ਕੋਈ ਇੰਗਲਿਸ਼ ਟਰਾਂਸਲੇਸ਼ਨ ਤਾਂ ਨਹੀਂ ਹੈਗੀ ਐਗਜ਼ੈਕਟ ਪਰ ਉਹਨੂੰ ਸਮਝਾਉਣ ਲਈ ਕਿ ਆਪਾਂ ਕਿੰਨੇ ਚਾਹੇ ਕਿੰਗਡਮ ਲੋਸਟ ਹੋਇਆ ਚਾਹੇ ਟ੍ਰਾਇਲਸ ਹੋਏ ਨੇ ਚਾਹੇ ਘੱਲੂਘਾਰੇ ਹੋਏ ਨੇ ਪਰ ਫਿਰ ਵੀ ਇਹ ਸਾਰਿਆਂ ਦੇ ਹੁੰਦੇ ਹੋਏ ਵੀ ਆਪਾਂ ਜਦੋਂ ਇਸ ਸੋਸਾਇਟੀ 'ਚ ਰਹਿੰਦੇ ਹਾਂ ਆਪਾਂ ਵਿਦ ਰੈਜ਼ੀਲੀਅੰਸ ਅਤੇ ਆਪਟੀਮਿਜ਼ਮ ਦੇ ਨਾਲ ਰਹਿੰਦੇ ਹਾਂ ਅਤੇ ਇਹੀ ਸਾਡਾ ਸੁਨੇਹਾ ਹੈ ਸਾਰਿਆਂ ਨੂੰ ਹੀ ਕਿ ਆਪਾਂ ਇਸ ਮੁਲਕ ਨੂੰ ਸਟਰੋਂਗ ਬਣਾਉਣਾ ਜੀ ਔਰ ਹਮੇਸ਼ਾ ਹੀ ਚਾਹੇ ਉਤਰਾਅ ਚੜ੍ਹਾਅ ਆਉਂਦੇ ਨੇ ਇਕੋਨਮੀ ਵਧੀਆ ਹੋ ਜਾਂਦੀ ਆ ਘੱਟ ਹੋ ਜਾਂਦੀ ਆ ਆਪਾਂ ਹਰ ਸਮੇਂ ਉਹਨੂੰ ਖਿੜੇ ਮਿੱਥੇ ਉਹਨੂੰ ਆਪਾਂ ਚੱਲਣਾ ਹੈ ਜੀ ਸੋ ਇਹ ਸਾਰਿਆਂ ਲਈ ਸੁਨੇਹਾ ਆ ਰਾਈਟ ਸੋ ਜਿਹੜਾ ਤੁਸੀਂ ਸੁਨੇਹਾ ਉਸ ਨੂੰ ਐਗਜ਼ੀਬਿਸ਼ਨ ਵਿੱਚ ਜਦੋਂ ਕ੍ਰਮਵਾਰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਤਾਂ ਤੁਹਾਡਾ ਨਿਸ਼ਾਨਾ ਕੀ ਸੀਗਾ ਕਿ ਵੀ ਰਾਜ ਖਤਮ ਹੁੰਦਾ ਉਸ ਤੋਂ ਬਾਅਦ ਤੁਸੀਂ ਬਿਲਕੁਲ ਅੰਤ ਵਿੱਚ ਜਾ ਕੇ ਸੋਫੀਆ ਦਲੀਪ ਸਿੰਘ ਦੀ ਲੈਗੇਸੀ ਨੂੰ ਪੇਸ਼ ਕਰਦੇ ਹੋ ਸੋ ਥੋੜ੍ਹਾ ਜਿਹਾ ਉਸਦੇ ਬਾਰੇ ਵਿਸ਼ਵਾਸ ਹੋ ਸੋਫੀਆ ਦਲੀਪ ਸਿੰਘ ਦਾ ਜਿਹੜਾ ਖਾਸ ਤੌਰ 'ਤੇ ਕੰਟਰੀਬਿਊਸ਼ਨ ਸੀਗਾ ਜਾਂ ਉਸਦੀ ਲੈਗੇਸੀ ਤਾਂ ਜੋ ਉਸ ਨੂੰ ਅਸੀਂ ਲੋਕਾਂ ਨੂੰ ਸਮਝਾ ਸਕੀਏ ਜੀ 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 ਸੋਫੀਆ ਦਲੀਪ ਸਿੰਘ ਨੇ ਦੇਖੋ ਉਸ ਸਮੇਂ ਚਾਹੇ ਉਹ ਉਸ ਖਿੱਤੇ ਚੋਂ ਹਾਲਾਂਕਿ ਉਹਦਾ ਜਨਮ ਇੰਗਲੈਂਡ 'ਚ ਹੋਇਆ ਸੀਗਾ ਪਰ ਉਹ ਇੱਕ ਸਿੱਖ ਪ੍ਰਿੰਸੈਸ ਦੇ ਤੌਰ 'ਤੇ ਜਾਣੇ ਜਾਂਦੇ ਨੇ ਔਰ ਉਹਨਾਂ ਨੇ ਉੱਥੇ ਇਕੱਲੇ ਭੂਰੇ ਰੰਗ ਦੀਆਂ ਔਰਤਾਂ ਨਹੀਂ ਬਲਕਿ ਸਾਰੇ ਰੰਗ ਦੀਆਂ ਔਰਤਾਂ ਦੇ ਵੋਟ ਦੇ ਹੱਕ ਲਈ ਉਹਨਾਂ ਨੇ ਜੱਦੋਜਹਿਦ ਕੀਤੀ ਸੋ ਇਹੀ ਆਪਣਾ ਕੈਰੈਕਟਰ ਹੋਣਾ ਚਾਹੀਦਾ ਜੀ ਕਿ ਜਦੋਂ ਅਸੀਂ ਕਿਸੇ ਦੇ ਹੱਕ ਲਈ ਖੜਦੇ ਹਾਂ ਉਹਦੇ 'ਤੇ ਫਿਰ ਆਪਾਂ ਕਿਸੇ ਨੂੰ ਅਦਰ ਕਰਕੇ ਨਾ ਦੇਖੀਏ ਫਿਰ ਆਪਾਂ ਸਾਰਿਆਂ ਲਈ ਲੜੀਏ ਔਰ ਜੋ ਉਹਨਾਂ ਨੇ ਕੰਮ ਕੀਤਾ ਉਹ ਅਸੀਂ ਬ੍ਰਿਟਿਸ਼ ਤਾਂ ਇੰਗਲੈਂਡ ਦੇ ਵਿੱਚ ਤਾਂ ਲੋਕਾਂ ਨੂੰ ਪਤਾ ਹੈ ਅਸੀਂ ਚਾਹੁੰਦੇ ਵੀ ਇੱਥੇ ਵੀ ਪਤਾ ਲੱਗੇ ਔਰ ਇਹ ਅਸੀਂ ਜਿਹੜਾ ਪਤਾ ਲਵਾਉਣਾ ਚਾਹੁੰਦਾ ਉਹ ਇਹਦੇ ਮਿਹਣਾ ਨਹੀਂ ਹੈਗਾ ਅਸੀਂ ਇਹ ਚਾਹੁੰਦੇ ਵੀ ਜਿਹੜੀ ਸਾਡੀ ਇੱਥੋਂ ਦੀ ਕੈਨੇਡੀਅਨ ਵੂਮੈਨ ਆ ਜਿਹੜੀ ਸਿੱਖ ਵੂਮੈਨ ਆ ਪੰਜਾਬੀ ਵੂਮੈਨ ਆ ਉਹਦੀ ਵੀ ਓਨੀ ਰਿਸਪੈਕਟ ਹੋਵੇ ਇਹਨੂੰ ਇੱਦਾਂ ਨਾ ਲਿਆ ਜਾਵੇ ਕਿ ਅਸੀਂ ਉਹਦਾ ਕੋਈ ਉਹਨਾਂ ਦੀ ਜਿਹੜੇ ਹਿਸਟੋਰੀਕਲ ਕੋਈ ਆਪਾਂ ਉਹਦਾ ਮੁੱਲ ਮੰਗਣ ਡੇ ਹਾਂ ਆਪਾਂ ਚਾਹੁੰਦੇ ਹਾਂ ਕਿ ਜਿਹੜੀ ਸਾਡੀ ਔਰਤ ਹੈ ਹੁਣੇ ਆਪਾਂ ਵੁਮੈਨਸ ਡੇ ਮਨਾ ਕੇ ਹਟੇ ਹਾਂ ਜੀ ਕਿ ਉਹਦੀ ਵੀ ਉਦੇ ਰਿਸਪੈਕਟ ਹੋਵੇ ਉਹਨੂੰ ਵੀ ਇਕੁਅਲ ਓਪਰਚੁਨਿਟੀਜ਼ ਉਦੇ ਮਿਲਣ ਕਿਉਂਕਿ ਉਹ ਵੀ ਘਾਲਣਾ ਉਦਾਂ ਦੀ ਕਰ ਰਹੀ ਆ ਬਿਲਕੁਲ ਇਹਦੇ ਵਿੱਚ ਮੈਂ ਪਠਾਨਕੋਟ ਕੋਲ ਗੱਲ ਹੋਰ ਜਾਣਨਾ ਚਾਹੂੰਗਾ ਕਿ ਜਿਹੜੀ ਖਾਸ ਤੌਰ 'ਤੇ ਜਿਹੜੀ ਆਹ ਲੈਗੇਸੀ ਹੈ ਸੋਫੀਆ ਦਲੀਪ ਸਿੰਘ ਦੀ ਇਸ ਦੀ ਜਿਹੜੀ ਕੈਨੇਡਾ ਵਿੱਚ ਜਿਹੜੀ ਰੈਲੇਵੈਂਸ ਉਸ ਨੂੰ ਕਿਵੇਂ ਵੇਖਦੇ ਹੋ ਕਿਉਂਕਿ ਇੱਥੇ ਵੀ ਜਿਹੜੇ ਸਾਡੇ ਬਜ਼ੁਰਗ ਸੀ ਉਹਨਾਂ ਨੂੰ ਵੋਟ ਪਾਉਣ ਦਾ ਹੱਕ ਖੋਲਿਆ ਗਿਆ ਸੀਗਾ 40 ਸਾਲ ਜਦੋਂ ਜਾ ਚੱਲੀ ਬਾਹਰ ਜਾ ਕੇ ਵੋਟ ਪਾਉਣ ਦਾ ਹੱਕ ਮਿਲਿਆ ਅਫਸੋਸ ਦੀ ਗੱਲ ਇੱਥੋਂ ਦੀ ਇੰਡੀਜਨਸ ਔਰਤਾਂ ਨੂੰ ਸਭ ਤੋਂ ਅਖੀਰ 'ਚ ਮਿਲਿਆ ਜਿਹੜੇ ਕਿ ਇਸ ਮੁਲਕ ਦੇ ਜੱਦੀ ਮਾਲਕ ਨੇ ਜਿਹੜੇ ਭਾਈਚਾਰੇ ਦੀ ਆਪਾਂ ਗੱਲ ਕਰ ਰਹੇ ਕੀ ਮਹਿਸੂਸ ਕਰਦੇ ਹੋ ਕੀ ਕਹਿਣਾ ਚਾਹੋਗੇ ਉਸਦੇ ਬਾਰੇ ਦੇਖੋ ਜੀ ਆਪਾਂ ਜਦੋਂ ਆਪਾਂ ਇਹ ਕਲੇਮ ਕਰਦੇ ਨਾ ਕਿ ਅਸੀਂ ਸਰਬੱਤ ਦੇ ਭਲੇ 'ਚ ਯਕੀਨ ਰੱਖਦੇ ਹਾਂ ਔਰ ਕਿਸੇ ਨੂੰ ਦੂਸਰਾ ਕਰਕੇ ਨਹੀਂ ਦੇਖਦੇ ਫਿਰ ਸਾਡਾ ਇਹ ਬਣਦਾ ਹੈ ਕਿ ਜਿੱਥੇ ਜਿੱਥੇ ਵੀ ਕੋਈ ਵੀ ਧੱਕਾ ਹੁੰਦਾ ਬੇਸ਼ੱਕ ਅਸੀਂ ਉਹਨਾਂ ਦੀ ਥੌਟ ਦੇ ਨਾਲ ਚਾਹੇ ਬੇਸ਼ੱਕ ਸਹਿਮਤ ਨਾ ਹੋਈਏ ਪਰ ਫਿਰ ਵੀ ਆਪਾਂ ਨੂੰ ਉੱਥੇ ਉਹਨਾਂ ਲਈ ਖੜਨਾ ਚਾਹੀਦਾ ਕਿ ਜਿਹੜੇ ਲਤਾੜੇ ਹੋਏ ਲੋਕ ਨੇ ਜਿੱਥੇ ਵੀ ਹੈਗੇ ਨੇ ਉਹ ਔਰ ਮੈਂ ਕਈ ਦਫ਼ਾ ਤੁਹਾਡੇ ਬਾਰੇ ਇਹ ਤੁਹਾਡੀ ਖਾਸੀਅਤ ਹੈ ਜੀ ਮੈਂ ਵੈਸੇ ਮੂੰਹ 'ਤੇ ਸਿਫਤ ਨਹੀਂ ਕਰਦਾ ਹੁੰਦਾ ਪਰ ਮੈਨੂੰ ਕਰਨੀ ਪੈ ਰਹੀ ਆ ਕਿ ਮੈਂ ਦੇਖਦਾ ਕਿ ਤੁਸੀਂ ਬੇਸ਼ੱਕ ਜਿਹੜੀ ਮਰਜ਼ੀ ਥੋਟ ਦੇ ਹੋਵੋ ਮੈਂ ਤੁਹਾਨੂੰ ਬਹੁਤ ਥਾਵਾਂ 'ਤੇ ਦੇਖਿਆ ਹੋਇਆ ਜੀ ਕਿ ਜਿੱਥੇ ਲੋੜ ਪੈਂਦੀ ਆਵਾਜ਼ ਦੀ ਤੁਸੀਂ ਉੱਥੇ ਜਾ ਕੇ ਆਵਾਜ਼ ਉਠਾਉਂਦੇ ਹੋ ਅਤੇ ਇਹੀ ਇੱਕ ਸੱਚੇ ਜਿੱਦਾਂ ਸਿੱਖ ਦਾ ਪੰਜਾਬੀ ਦਾ ਜਾਂ ਈਵਨ ਹਿਊਮਨ ਦਾ ਜਾਂ ਕੈਨੇਡੀਅਨ ਦਾ ਇਹ ਕੈਰੈਕਟਰ ਹੋਣਾ ਚਾਹੀਦਾ ਜੀ ਤੁਹਾਡੇ ਇੰਨੇ ਸ਼ਬਦਾਂ ਲਈ ਧੰਨਵਾਦ ਪਰਨਾਲ ਸਾਹਿਬ ਮੈਂ ਉਹ ਜਾਣਨਾ ਚਾਹੂੰਗਾ ਕਿ ਜਿਹੜੀ ਐਗਜ਼ੀਬਿਸ਼ਨ ਉਸ ਨੂੰ ਕਿਸ ਤਰ੍ਹਾਂ ਦਾ ਹੁੰਗਾਰਾ ਮਿਲ ਰਿਹਾ ਕਿਸ ਤਰ੍ਹਾਂ ਦਾ ਫੀਡਬੈਕ ਤੁਹਾਡੇ ਕੋਲ ਆ ਰਿਹਾ ਔਰ ਇਸ ਦੇ ਬਾਰੇ ਜਿਹੜੇ ਲੋਕਾਂ ਨੂੰ ਨਹੀਂ ਪਤਾ ਜਿਹਨਾਂ ਨੂੰ ਦੱਸਣਾ ਚਾਹੋ ਕਿਸ ਤਰ੍ਹਾਂ ਹੋਰ ਇਨਫੋਰਮੇਸ਼ਨ ਮਿਲ ਸਕਦੀ ਹੈ ਇਨਫੋਰਮੇਸ਼ਨ ਜੀ ਸਰੀ ਮਿਊਜ਼ੀਅਮ ਦੀ ਵੈਬਸਾਈਟ 'ਤੇ ਪਈ ਹੋਈ ਆ ਜਿਹੜੀ ਵੰਜਾਰਾ ਨੂਮੈਟ ਕਲੈਕਸ਼ਨ ਦੀ ਆਪਣੇ ਸੋਸ਼ਲ ਮੀਡੀਆ ਉਹਨਾਂ 'ਤੇ ਅਸੀਂ ਪਾਉਂਦੇ ਰਹਿੰਦੇ ਹਾਂ ਔਰ ਅੱਜ ਤਾਂ ਤੁਸੀਂ ਸਾਨੂੰ ਹੁਕਮ ਕੀਤਾ ਸੀ ਹਾਜ਼ਰ ਹੋ ਗਏ ਹਾਂ ਸੋ ਇਸ ਤਰ੍ਹਾਂ ਵੱਖਰੇ ਵੱਖਰੇ ਚੈਨਲ ਦੇ ਥਰੂ ਅਸੀਂ ਆਪਣਾ ਮੈਸੇਜ ਦੇ ਰਹੇ ਹਾਂ ਔਰ ਜਿਹੜਾ ਹੁੰਗਾਰਾ ਮਿਲ ਰਿਹਾ ਜੀ ਉਹ ਬਹੁਤ ਪੋਜ਼ਿਟਿਵ ਆ ਅਤੇ ਥੋੜ੍ਹੇ ਹੈਰਾਨੀ ਵਾਲਾ ਵੀ ਆ ਕਿਉਂਕਿ ਦੋ ਫੈਮਿਲੀ ਦੇ ਨਾਲ ਸਾਡੀ ਗੱਲ ਹੋਈ ਕਪਲ ਦੇ ਨਾਲ ਜਿਹੜੇ ਉੱਥੇ ਸੀਗੇ ਔਰ ਉਹ ਕਹਿੰਦੇ ਵੀ ਅਸੀਂ ਸੋਚਦੇ ਸੀਗੇ ਵੀ ਸ਼ਾਇਦ ਕੁਛ ਪੱਖੀਆਂ ਹੋਣਗੀਆਂ ਕੁਛ ਆਪਣੀਆਂ ਚਰਖੇ ਹੋਣਗੇ ਕੁਛ ਏਦਾਂ ਦੀਆਂ ਅਵਸਥਾ ਹੋਣਗੀਆਂ ਕੋਈ ਮੂੜੇ ਹੋਣਗੇ ਕੁਛ ਮੇਜ ਹੈ ਨਾ ਪਰ ਉਹ ਕਹਿੰਦੇ ਜਿਹੜੀ ਇਹ ਚਾਤ ਪੁਆਰੀ ਹੈ ਇਹ ਔਰ ਕਈ ਚੀਜ਼ਾਂ ਬਾਰੇ ਸਾਨੂੰ ਸੋਚਣ ਲਈ ਮਜਬੂਰ ਕਰ ਰਹੀ ਆ ਉਹ ਔਰ ਅਸੀਂ ਜਿਸ ਤਰ੍ਹਾਂ ਚੜ੍ਹਦੀ ਕਲਾ ਦੀ ਗੱਲ ਕਰ ਲਓ ਜਾਂ ਹੁਕਮ ਮਿਹਰ ਨਦਰ ਦੀ ਗੱਲ ਕਰ ਲਓ ਬਾਦਸ਼ਾਹ ਦਰਵੇਸ਼ ਦੀ ਗੱਲ ਕਰ ਲਓ ਔਰ ਜਿਸ ਤਰ੍ਹਾਂ ਆਪਾਂ ਉੱਥੇ ਲਿਖਿਆ ਹੋਇਆ ਕਿ ਹਮਰਾਫਤ ਪਾਤਸ਼ਾਹ ਹੀ ਦਾ ਵਾ ਸੋ ਕੈਨੇਡਾ ਨੂੰ ਇਹ ਸੁਨੇਹਾ ਜੀ ਕਿ ਹਰ ਕੈਨੇਡੀਅਨ ਇਕੱਲਾ ਸਿੱਖ ਨਹੀਂ ਹਰ ਕੈਨੇਡੀਅਨ ਉਹਦੇ ਉੱਪਰ ਕੋਈ ਵੀ ਸਰੀਰਕ ਅਤੇ ਮਾਨਸਿਕ ਦਬਾਅ ਨਾ ਹੋਵੇ ਹਰ ਕੈਨੇਡੀਅਨ ਐਵਰੀ ਕੈਨੇਡੀਅਨ ਇਜ਼ ਅ ਡਿਵਾਈਨ ਸਿਟੀਜ਼ਨ
ਤੇ ਉਹ ਆਪਣੇ ਆਪ ਨੂੰ ਮਹਿਸੂਸ ਵੀ ਇੱਦਾਂ ਕਰਨ। ਸੋ ਇਸ ਤਰ੍ਹਾਂ ਰਿਸਪੋਂਸ ਬਹੁਤ ਪੋਜ਼ਿਟਿਵ ਹੈ ਜੀ। ਵੈਰੀ ਵੈਲ ਸਰ, ਨਾਲ ਸਾਹਿਬ ਤੁਹਾਡਾ ਗੱਲ ਕਰਕੇ ਬਹੁਤ ਚੰਗਾ ਲੱਗਾ, ਸ਼ੁਕਰੀਆ, ਤੁਸੀਂ ਵਕਤ ਕੱਢਿਆ, ਇੱਕ ਬਹੁਤ ਵਧੀਆ ਜਾਣਕਾਰੀ ਸਾਨੂੰ ਦਿੱਤੀ। ਅਸੀਂ ਚਾਹੁੰਦੇ ਕਿ ਇਸ ਐਗਜ਼ੀਬਿਸ਼ਨ ਨੂੰ ਹੋਰ ਵੀ ਲੋਕ ਵੇਖਣ ਔਰ ਉਹਨਾਂ ਨੂੰ ਗਿਆਨ ਮਿਲੇ। ਅਖੀਰ ਜੀ ਕੋਈ ਗੱਲ ਰਹਿ ਗਈ ਹੋਵੇ ਪੁੱਛਣ ਤੋਂ ਮੈਂ ਖੁੰਝ ਗਿਆ, ਆਪਾਂ ਨੂੰ ਐਡ ਕਰਨੀ ਚਾਹੋ ਕਰ ਸਕਦੇ ਹੋ ਬਿਫੋਰ ਆਈ ਲੈਟ ਯੂ ਗੋ। ਦੀਪ, ਹੋਰ ਤਾਂ ਇਹ ਹੈ ਜੀ ਵੀ ਜਿਸ ਬਹੁਤ ਖੂਬਸੂਰਤ ਮੁਲਕ 'ਚ ਅਸੀਂ ਰਹਿਣ ਡੇ ਹਾਂ, ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਆ ਕਿ ਅਸੀਂ ਇਹਨੂੰ ਸਟਰੋਂਗ ਕਿਵੇਂ ਬਣਾਉਣਾ ਆ ਔਰ ਸਾਨੂੰ ਕੋਈ ਅਦਰ ਨਾ ਦਿਖੇ। ਜਿੱਦਾਂ ਅਸੀਂ ਕਹਿੰਦੇ ਨਾ ਵੀ ਸਭੇ ਸਾਂਝੀ ਵਾਲ ਸਦਾ ਹੈ, ਕੋਈ ਨਾ ਦਿਸੇ ਬਾਹਰ ਆ ਜੀ। ਬਿਲਕੁਲ, ਅਸੀਂ ਕਿਸੇ ਨੂੰ ਅਦਰ ਕਰਕੇ ਨਾ ਦੇਖੀਏ। ਬਿਲਕੁਲ, ਇਹੀ ਸੁਨੇਹਾ ਜੀ। ਔਰ ਬਾਕੀ ਜ਼ਰੂਰ ਆਇਓ ਉੱਥੇ। ਔਰ ਜਿਹੜੀ ਇਹ ਐਗਜ਼ੀਬਿਸ਼ਨ ਹੈ, ਇਹਦਾ ਏਮ ਹੈਗਾ ਜੀ ਵੀ ਅਸੀਂ ਪ੍ਰਜ਼ਰਵ ਕਰਨਾ ਚਾਹੁੰਦੇ ਹਾਂ, ਅਸੀਂ ਲਰਨ ਕਰਨਾ ਚਾਹੁੰਦੇ ਹਾਂ, ਅਸੀਂ ਸ਼ੇਅਰ ਕਰਨਾ ਚਾਹੁੰਦੇ ਹਾਂ ਇਨ ਪੋਜ਼ਿਟਿਵਿਟੀ, ਇਨ ਚੜ੍ਹਦੀ ਕਲਾ। ਬਿਲਕੁਲ, ਸੋ ਸਾਰਿਆਂ ਨੂੰ ਸੱਦਾ ਜੀ, ਜ਼ਰੂਰ ਆਇਓ। ਔਰ ਜੇ ਕਿਸੇ ਨੇ ਵੀ ਕੋਈ ਸਾਨੂੰ ਇਨਪੁੱਟ ਦੇਣੀ ਆ ਵੀ ਅਸੀਂ ਇੰਪਰੂਵ ਕਰ ਸਕੀਏ ਆਪਣੇ ਆਪ, ਉਹ ਜ਼ਰੂਰ ਦਿਓ ਜੀ ਅਸੀਂ ਤੁਹਾਨੂੰ। ਬਹੁਤ ਸ਼ੁਕਰੀਆ ਜੀ, ਫਿਰ ਦੁਬਾਰਾ ਮੁਲਾਕਾਤ ਹੋਵੇਗੀ ਸਵਾਲ ਲੈਣ ਦੀ ਮਿਹਰਬਾਨੀ। ਧੰਨਵਾਦ, ਧੰਨਵਾਦ ਜੀ, ਧੰਨਵਾਦ, ਥੈਂਕ ਯੂ ਜੀ। ਦੋਸਤੋ, ਆਸਨ ਰਾਜ ਪੰਡਾਲ ਜਿਹੜੇ ਕਿ ਬੰਜਾਰਾ ਗਰੁੱਪ ਵੱਲੋਂ ਗੱਲਬਾਤ ਕਰ ਰਹੇ ਸੀ, ਜਿਨ੍ਹਾਂ ਵੱਲੋਂ ਇਹ ਐਗਜ਼ੀਬਿਸ਼ਨ ਲਾਈ ਗਈ ਹੈ, ਲਾਹੌਰ ਟੂ ਲੰਡਨ ਅ ਜਰਨੀ ਆਫ ਚੜ੍ਹਦੀ ਕਲਾ। ਸੋ 19 ਵਜੇ ਚੱਲੇਗੀ, ਖੁੰਝਣਾ ਜਾਇਓ, ਜ਼ਰੂਰ ਵੇਖਣ ਦੀ ਕੋਸ਼ਿਸ਼ ਕਰਿਓ। ਔਰ ਸਾਡੇ ਲਈ ਇਹ ਵੀ ਜ਼ਰੂਰੀ ਹੈ ਜਾਣਨਾ ਕਿ ਸੋਫੀਆ ਦਲੀਪ ਸਿੰਘ ਦੀ ਜਿਹੜੀ ਲੈਗੇਸੀ ਸੀ, ਉਸਦੀ ਇੱਥੇ ਵੀ ਰੈਲੇਵੈਂਸ ਹੈ। ਇੱਥੇ ਵੀ ਸਾਡੇ ਬਜ਼ੁਰਗਾਂ ਨੂੰ ਵੋਟ ਪਾਉਣ ਦਾ ਹੱਕ ਲੈਣ ਲਈ 40 ਸਾਲ ਜਦੋਂ ਜਹਿਦ ਕਰਨੀ ਪਈ ਸੀ, ਇੱਥੇ ਵੀ ਵੋਟ ਪਾਉਣ ਦਾ ਹੱਕ ਖੋ ਲਿਆ ਗਿਆ ਸੀ 2 ਅਪ੍ਰੈਲ ਨੂੰ। ਉਹ ਤਰੀਕ ਵੀ ਆ ਰਹੀ ਜਦੋਂ ਵੋਟ ਪਾਉਣ ਦਾ ਹੱਕ ਮਿਲਿਆ 47 ਦੇ ਵਿੱਚ ਜਾ ਕੇ, ਔਰ ਇੱਥੋਂ ਦੀ ਮੂਲ ਅਸੀਂ ਔਰਤਾਂ ਨੂੰ ਉਸ ਤੋਂ ਵੀ ਅਖੀਰ ਦੇ ਵਿੱਚ। ਸੋ ਇਸ ਕਰਕੇ ਸੁਫੀਆ ਦਲੀਪ ਸਿੰਘ ਦੀ ਕਹਾਣੀ ਸਿਰਫ ਬਰਤਾਨੀਆ ਦੀ ਕਹਾਣੀ ਨਹੀਂ, ਇੱਥੋਂ ਦੀ ਵੀ ਕਹਾਣੀ। ਸੋ ਇਹ ਸੀ ਅੱਜ ਦਾ ਪ੍ਰੋਗਰਾਮ, ਮੇਰੀ ਤੁਹਾਡੀ ਮੁਲਾਕਾਤ ਕੱਲ੍ਹ ਸ਼ਾਮ ਨੂੰ ਦੁਬਾਰਾ ਹੋਵੇਗੀ। ਆ ਗਿਆ, ਧੰਨਵਾਦ, ਹੈਵ ਅ ਗੁੱਡ ਨਾਈਟ।